ਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਟਰੈਕਟਰ ਮਾਫੀਆ ਵਿੱਚ, ਅਤੇ ਮੈਂ ਤੁਹਾਡਾ ਹੋਸਟ ਮਠਾੜੂ ਸਾਡੇ ਇਸ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ। ਅਤੇ ਕਿਸਾਨ ਵੀਰੋ, ਜਿਹੜੀ ਆਪਣੀ ਅੱਜ ਦੀ ਵੀਡੀਓ ਹੈਗੀ ਆ ਉਹ ਦੁੱਧ ਬਾਰੇ ਹੈਗੀ ਹੈ ਕਿ ਦੁੱਧ ਦੀ ਜਿਹੜੀ ਰੋਜ਼ਾਨਾ ਖਪਤ ਹੈਗੀ ਹੈ 64 ਕਰੋੜ ਲੀਟਰ ਹੈਗੀ ਹੈ, ਅਤੇ ਜਦੋਂ ਕਿ ਜਿਸ ਇਸਦਾ ਉਤਪਾਦਨ ਜਿਹੜਾ 14 ਕਰੋੜ ਲੀਟਰ ਹੈ ਹੁੰਦਾ ਹੈਗਾ ਜੀ ਦਿਨ ਦਾ, ਅਤੇ ਜਿਹੜਾ ਬਾਕੀ ਦਾ 50 ਕਰੋੜ ਲੀਟਰ ਦੁੱਧ ਕਿੱਥੋਂ ਤਿਆਰ ਹੁੰਦਾ ਹੈ, ਕਿਵੇਂ ਤਿਆਰ ਹੁੰਦਾ ਹੈਗਾ, ਅਤੇ ਇਸ ਤੋਂ ਜਿਹੜੀਆਂ ਕਿਹੜੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ, ਇਸ ਬਾਰੇ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ। ਅਤੇ ਸਭ ਤੋਂ ਪਹਿਲਾਂ ਜਿਹੜੇ ਇਸ ਚੈਨਲ 'ਤੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਅਤੇ ਨਾਲ ਲੱਗੇ ਬੈਲ ਦੇ ਆਈਕੋਨ ਨੂੰ ਜ਼ਰੂਰ ਦਬਾ ਦੇਣ, ਅਤੇ ਨਾਲ ਜਿਹੜੀ ਇੱਕ ਬੇਨਤੀ ਹੋਰ ਹੈਗੀ ਹੈ ਕਿ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਅਤੇ ਹੁਣ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਜੀ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਸ਼ੁਰੂ। ਕਿ ਐਨੀਮਲ ਵੈਲਫੇਅਰ ਬੋਰਡ ਦੇ ਮੈਂਬਰ ਮੋਹਨ ਸਿੰਘ ਆਹਲੂਵਾਲੀਆ ਦੇ ਮੁਤਾਬਕ ਦੇਸ਼ ਵਿੱਚ ਵਿਕਣ ਵਾਲਾ 68.7% ਦੁੱਧ ਅਤੇ ਦੁੱਧ ਤੋਂ ਬਣਿਆ ਪ੍ਰੋਡਕਟ ਮਿਲਾਵਟੀ ਹੈਗਾ। ਇਹ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਯਾਨੀ ਕਿ ਫਸਾਈ ਵੱਲੋਂ ਤਿਆਰ ਨਿਯਮਾਂ ਨਾਲ ਕੀਤੇ ਵੀ ਮੇਲ ਨਹੀਂ ਖਾਂਦਾ ਹੈਗਾ। ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰੀ ਦੇ ਇੱਕ ਬਿਆਨ ਦਾ ਹਵਾਲਾ ਦਿੰਦੇ ਹੋਏ ਆਹਲੂਵਾਲੀਆ ਨੇ ਕਿਹਾ ਕਿ ਮਿਲਾਵਟ ਵਾਲੇ ਕਰੀਬੀ 99% ਪ੍ਰੋਡਕਟ ਵਿੱਚ ਇੱਕ ਜਾਂ ਦੋ ਤਰ੍ਹਾਂ ਦੀ ਮਿਲਾਵਟ ਹੁੰਦੀ ਹੈ। ਉਹਨਾਂ ਨੇ ਦੱਸਿਆ ਕਿ 31 ਮਾਰਚ 2018 ਨੂੰ ਦੇਸ਼ ਦਾ ਦੁੱਧ ਦਾ ਕੁੱਲ ਉਤਪਾਦਨ 14.68 ਕਰੋੜ ਲੀਟਰ ਰੋਜ਼ਾਨਾ ਰਿਕਾਰਡ ਕੀਤਾ ਗਿਆ ਸੀ, ਜੋ ਕਿ ਜਿਹੜਾ ਇਹ ਉਹ ਦੁੱਧ ਸੀਗਾ ਜਿਹੜਾ ਮੱਝਾਂ ਗਾਵਾਂ ਤੋਂ ਪ੍ਰਾਪਤ ਹੁੰਦਾ ਸੀਗਾ, ਅਤੇ ਬਾਕੀ ਦਾ ਜਿਹੜਾ 50 ਕਰੋੜ ਲੀਟਰ ਦੁੱਧ ਹੈ ਉਹ ਮਿਲਾਵਟੀ ਹੁੰਦਾ ਹੈਗਾ ਜੀ। ਜਦੋਂ ਕਿ ਦੇਸ਼ ਵਿੱਚ ਦੁੱਧ ਦੀ ਪ੍ਰਤੀ ਵਿਅਕਤੀ ਖਪਤ 480 ਗ੍ਰਾਮ ਪ੍ਰਤੀ ਦਿਨ ਹੈਗੀ ਹੈ, ਅਤੇ ਸਿੱਧੇ ਤੌਰ 'ਤੇ ਇਹ ਗੈਪ ਕਰੀਬ 60% ਦਾ ਹੈਗਾ। ਅਤੇ ਆਹਲੂਵਾਲੀਆ ਦੇ ਮੁਤਾਬਕ ਦੱਖਣ ਰਾਜਾਂ ਦੇ ਮੁਕਾਬਲੇ ਉੱਤਰੀ ਰਾਜਾਂ ਵਿੱਚ ਦੁੱਧ ਵਿੱਚ ਮਿਲਾਵਟ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਦੁੱਧ ਵਿੱਚ ਮਿਲਾਵਟ ਨੂੰ ਲੈ ਕੇ ਕੁਝ ਸਾਲ ਪਹਿਲਾਂ ਦੇਸ਼ ਵਿੱਚ ਇੱਕ ਸਰਵੇ ਹੋਇਆ ਸੀ। ਇਸ ਵਿੱਚ ਪਾਇਆ ਗਿਆ ਕਿ ਦੁੱਧ ਨੂੰ ਪੈਕ ਕਰਦੇ ਸਮੇਂ ਸਫਾਈ ਅਤੇ ਸਵੱਛਤਾ ਦੋਨਾਂ ਨਾਲ ਖਿਡਵਾੜ ਕੀਤਾ ਜਾ ਰਿਹਾ ਹੈਗਾ, ਅਤੇ ਦੁੱਧ ਵਿੱਚ ਡਿਟਰਜੈਂਟ ਯਾਨੀ ਕਿ ਸਰਫ ਦੀ ਸਿੱਧੇ ਤੌਰ 'ਤੇ ਮਿਲਾਵਟ ਪਾਈ ਗਈ ਹੈ। ਆਹਲੂਵਾਲੀਆ ਦੇ ਮੁਤਾਬਕ ਇਹ ਮਿਲਾਵਟ ਸਿੱਧੇ ਤੌਰ 'ਤੇ ਲੋਕਾਂ ਦੀ ਸਿਹਤ ਲਈ ਬਹੁਤ ਵੱਡਾ ਖਤਰਾ ਹੈਗਾ। ਇਸ ਦੇ ਚੱਲਦੇ ਉਪਭੋਗਤਾਵਾਂ ਦੇ ਸਰੀਰਕ ਅੰਗ ਕੰਮ ਕਰਨਾ ਬੰਦ ਕਰ ਸਕਦੇ ਹਨ। ਸੰਸਾਰ ਸਿਹਤ ਸੰਗਠਨ ਨੇ ਦੁੱਧ ਵਿੱਚ ਮਿਲਾਵਟ ਦੇ ਖਿਲਾਫ ਹਾਲ ਵਿੱਚ ਭਾਰਤ ਸਰਕਾਰ ਲਈ ਐਡਵਾਈਜ਼ਰੀ ਜਾਰੀ ਕੀਤੀ ਸੀ। ਇਸ ਵਿੱਚ ਕਿਹਾ ਗਿਆ ਕਿ ਜੇਕਰ ਦੁੱਧ ਅਤੇ ਦੁੱਧ ਤੋਂ ਬਣੇ ਪ੍ਰੋਡਕਟ ਵਿੱਚ ਮਿਲਾਵਟ ਅਤੇ ਲਗਾਮ ਨਹੀਂ ਲਗਾਈ ਗਈ ਤਾਂ ਦੇਸ਼ ਵਿੱਚ